ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫੀਆਂ ਕਰਕੇ ਖੂਬਸੂਰਤ ਨਾਜ਼ਰੀਨ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਜਿਹੜੀ ਅੱਜ ਦੀ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਣ ਲੱਗਿਆ। ਇੱਕ ਜਨਾਬੇ ਲਈ ਚੋਲਸਤਾਨੀ ਕ੍ਰਾਸ ਨੇ, ਦੋਵੇਂ ਜੱਸੀ ਦਾ ਕ੍ਰਾਸ ਇੱਕ ਚੋਲਸਤਾਨੀ ਦੇ ਵਿੱਚ, ਜਿਹੜੀ ਪਹਿਲੇ ਨੰਬਰ ਵਾਲੀ ਪੋਡਾ ਪੋਡਾ ਛੋਟਾ ਛੋਟਾ ਸਿੰਘ, ਦੂਜਾ ਸੁਆ ਸੂਈਏ, ਔਰ ਜਨਾਬੇ ਲਈ ਪਹਿਲੇ ਅੱਗੇ ਭਾਈ ਨੇ ਕੋਈ ਚਾਰ ਕੁ ਸਿਰ ਨਾਰਾ ਕੱਢਿਆ, ਐਵੇਂ ਨੀ ਜੀ ਬੋਲਾ, ਚਾਰ ਕੁ ਕਿਲੋ ਅੱਗੇ ਬੋਲਾ ਕੱਢਿਆ, ਗਾਂ ਨੇ ਜੇਰ ਜੂਰ ਮੁਕੰਮਲ ਪਾ ਲਈ, ਹੁਣ ਤਸੱਲੀ ਨਾਲ ਜਨਾਬੇ ਲਈ ਦੂਜਾ ਬੋਲਾ ਅਸੀਂ ਚੋਵਣ ਲੱਗੇ ਹਾਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ। ਪਹਿਲਾ ਬੋਲਾ ਮੁਕੰਮਲ ਭਾਈ ਨੇ ਨਹੀਂ ਚੋਇਆ ਸੀ ਕਿਉਂਕਿ ਜੇਰ ਦੀ ਵਜ੍ਹਾ ਚ ਗਾਂ ਗਰਮ ਰਹਿ ਗਈ, ਭਾਈ ਨੇ ਕਿਹਾ ਜੇਰ ਜੂਰ ਪਾ ਲੈਗੀ, ਔਰ ਜਨਾਬੇ ਜੇਰ ਪਾਉਣ ਤੋਂ ਬਾਅਦ ਅਸੀਂ ਪਹੁੰਚੇ ਹਾਂ ਔਰ ਸੁਬਹਾ ਦੀ ਸੂਈਏ ਦੋਸਤੋ, ਔਰ ਇਹਦੀ ਚੁਆਈ ਕਰਨ ਲੱਗੇ ਹਾਂ, ਔਰ ਪਹਿਲਾਂ ਹੀ ਸਮਝੋ ਕਿ ਨਾਰਾ ਅਸਲ ਮੁਕੰਮਲ ਚ ਬੀਜਣ ਲੱਗਿਆ, ਯਾਨੀ ਕਿ ਅੱਗੇ ਵੀਰ ਨੇ ਸਿਰਫ ਔਰ ਸਿਰਫ 4 ਕੁ ਕਿਲੋ ਕੱਢਿਆ। ਔਰ ਦੂਸਰੇ ਨੰਬਰ ਤੇ ਟੂਨ ਪਿੰਨ ਦਿਖਾ ਦਿਓ ਪਹਿਲੇ ਇਸ ਗਾਂ ਦਾ, ਮਗਰ ਇਹਦੇ ਵਿੱਚ ਇੱਕ ਬੱਚਾ ਜਨਾਬ ਬੱਚਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ, ਔਰ ਤਸੱਲੀਆਂ ਕਰਾਉਂਦਾ ਪਿਆ। ਚੋਲਸਤਾਨੀ ਤੇ ਜਰਸੀ ਦਾ ਕ੍ਰਾਸ ਬੜੀ ਪਿਆਰੀ ਦੋਸਤੋ ਪਿਆਰੀ ਵਹਿੜ ਹੈ, ਲੈਣਾ ਦੇਣਾ ਮੁਕਦਰਾਂ ਦਾ ਸੌਦਾ, ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ, ਨਸੀਬਾਂ ਦਾ ਹੋਏਗਾ, ਔਰ ਹਰ ਗੱਲ ਦੀਆਂ ਮੇਰੇ ਭਰਾਵਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਕੋਈ ਵੀ ਤੁਹਾਡੀ ਨਜ਼ਰ ਤੋਂ ਅਸੀਂ ਚੀਜ਼ ਉਹ ਜਿਹੇ ਨਹੀਂ ਰਹਿਣ ਦੇਣੀ। ਪਹਿਲੇ ਨੰਬਰ ਵਾਲੀ ਦਾ ਥਣ ਚੰਗਾ, ਗਾਂ ਦਾ ਆਰਡਰ ਕੁਆਲਿਟੀ ਚੰਗਾ, ਗਾਂ ਦੇ ਕੋਲੇ ਕ੍ਰਾਸ ਜਰਸੀ ਔਰ ਚੋਲਸਤਾਨੀ ਦਾ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਪ੍ਰਿੰਟ ਹੀ ਨਜ਼ਰ ਆ ਰਿਹਾ, ਪ੍ਰਿੰਟ ਹੀ ਦੱਸ ਦਿੰਦਾ ਹੈ। ਔਰ ਗਾਵਾਂ ਦਾ ਲੈਣਾ ਦੇਣਾ ਤਾਂ ਹੋਏਗਾ ਮੁਕਦਰਾਂ ਦਾ, ਸੌਦਾ ਨਸੀਬਾਂ ਦਾ ਹੋਵੇਗਾ, ਦੂਸਰੀ ਵੈੜ ਗੱਬਣ ਹੈ, ਔਰ ਦੂਸਰੀ ਵੈੜ ਵੀ ਚੋਲਸਤਾਨੀ ਜਰਸੀ ਦੇ ਵਿੱਚ ਕ੍ਰਾਸ ਹੈ, ਉਹ ਸਿਰੋਂ ਦੋਸਤੋ ਮੁੰਨੀ, ਗਾਂ ਦਾ ਟੁਰਨ ਫਿਰਨ ਲਾਜਵਾਬ, ਔਰ ਹਰ ਪਾਸੋਂ 16 ਨੇ, ਇਹਨਾਂ ਦੋਸਤੋ ਚੁਆ ਕਰਾਵਾਂਗਾ। ਪਹਿਲਾ ਯਾਨੀ ਕਿ ਅੱਗੇ 4 ਕੁ ਸਿਰ ਬੋਲਾ ਕੱਢਿਆ, ਹੁਣ ਮੁਕੰਮਲ ਬੋਲਾ ਟਕਾ ਕੇ ਕੱਢਣਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਆਏਗਾ। ਔਰ ਗਾਂ ਨੇ ਜੇਰ ਹਰ ਚੀਜ਼ ਪਾ ਲਈ, ਤਸੱਲੀ ਕਰਾ ਦਿੱਤੀ ਹੈ, ਔਰ ਸੀਲ ਤੋਂ ਉਹਦਾ ਹਰ ਗੱਲ ਦਾ ਆਪਾਂ ਨੂੰ ਪਤਾ ਲੱਗ ਜਾਏਗਾ। ਔਰ ਗਾਏ ਮਾਸ਼ਾਅੱਲਾ ਬੜੀ ਨਸਲਜ਼ਾਤ ਵਾਲੀ, ਬੜੇ ਮਿਆਰ ਵਾਲੀ, ਲੈਣਾ ਦੇਣਾ ਦੋਸਤੋ ਮੁਕਦਰਾਂ ਦਾ, ਸੌਦਾ ਨਸੀਬਾਂ ਦਾ। ਔਰ ਜਨਾਬ ਕੈਮਰਾਮੈਨ ਸਾਹਿਬ ਦੂਜੇ ਨੰਬਰ ਵਾਲੀ ਗੱਬਣ ਵੀ ਹੁਣੇ ਵਿਖਾ ਦਿਓ, ਵੀਰ ਭਰਾ ਦੋਸਤ ਤਸੱਲੀਆਂ ਕਰ ਲੈਣ। ਔਰ ਮਾਸ਼ਾਅੱਲਾ ਇਹ ਵੈੜ ਗੱਬਣ ਹੈ ਜੀ, ਮੋਟਾ ਮਾਸ਼ਾਅੱਲਾ, ਰੁਗ ਰੁਗ ਦਾ ਥਣ ਲੱਗਿਆ, ਵੈੜੀ ਸਿਰੋਂ ਦੋਸਤੋ ਮੋਨੀ, ਜਰਸੀ ਤੇ ਜਨਾਬ ਚੋਲਸਤਾਨ ਦਾ ਕ੍ਰਾਸ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਵਾਧਾ ਨਜ਼ਰ ਆ ਰਿਹਾ। ਬਾਕੀ ਲੈਣਾ ਦੇਣਾ ਦੋਸਤੋ ਹੋਵੇਗਾ ਮੁਕਦਰਾਂ ਦਾ, ਸੌਦਾ ਨਸੀਬਾਂ ਦਾ ਹੋਏਗਾ। ਸਿਰ ਦਿਖਾ ਦਿਓ ਕੈਮਰਾਮੈਨ ਸਾਹਿਬ, ਗਾਏ ਦਾ ਪੂਰਾ ਮਾਸ਼ਾਅੱਲਾ ਦਿਖਾਓ ਮੇਰੇ ਵੀਰ, ਕ੍ਰਾਸ ਵੇਖਣ ਮੱਛੀ ਦਾ, ਜਰਸੀ ਚੋਲਸਤਾਨੀ ਕ੍ਰਾਸ ਹੈ, ਲੈਣਾ ਦੇਣਾ ਦੋਸਤੋ ਮੁਕਦਰਾਂ ਦਾ, ਸੌਦਾ ਨਸੀਬਾਂ ਦਾ। ਔਰ ਮਾਸ਼ਾਅੱਲਾ ਮਾਸ਼ਾਅੱਲਾ ਜ਼ਰੂਰ ਪੜ੍ਹਨੀ, ਗਾਂ ਦੇ ਆਰਡਰ ਕੁਆਲਿਟੀ ਤੋਂ ਲੈ ਕੇ ਹਰ ਗੱਲ ਦੀ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀਆਂ ਕਰਾਵਾਂਗਾ। ਮਾਸ਼ਾਅੱਲਾ ਬੱਚੀ ਦੇਖਦੇ ਪਏ ਨੇ, ਪੂਰੀ ਸੀਲ ਸਾਹ ਦੋਸਤੋ, ਮਾਸ਼ਾਅੱਲਾ ਦੇਖਦੇ ਪਏ ਨੇ, ਫਾੜਾਂ ਵਾਲਾ ਵਾਨਾ, ਔਰ ਹਰ ਗੱਲ ਦੀਆਂ ਤਸੱਲੀਆਂ ਕਰਾਉਂਦਾ ਪਿਆ। ਔਰ ਬੱਚੀ ਨੇ ਮਾਸ਼ਾਅੱਲਾ ਜਦੋਂ ਪੂਰੀ ਤਿਆਰੀ ਆਣਨੀ ਹੈ, ਬੱਚੀ ਤੋਂ ਖਲੋਤਾ ਬੈਠਣ ਜਾਣਾ, ਪੂਰੀ ਸੀਲ ਸਾਹ ਦੇਖਦੇ ਪਏ ਨੇ, ਸ਼ਾਹ ਸਾਹਿਬ ਹੱਥ ਫੇਰੀ ਜਾਂਦੇ, ਬੱਚੀ ਨੂੰ ਪ੍ਰਵਾਹ ਕੋਣੀ, ਇਹ ਵਧਰਾ ਬੱਚੀ ਨੇ ਪੂਰੀਆਂ ਦੋਸਤੋ ਭਰਨੀਆਂ ਨੇ, ਇਹ ਦੇਖ ਲੈ। ਔਰ ਛੱਡ ਕੇ ਭਾਈ ਜਾਨ ਟੋਰੋ ਟੋਰੋ, ਫਿਰ ਵੀ ਚੈੱਕ ਕਰਾ ਦਿਓ ਵੀਰਾਂ ਦੋਸਤਾਂ ਨੂੰ, ਹਰ ਗੱਲ ਦੀਆਂ ਤਸੱਲੀਆਂ ਕਰਾ ਦਿਓ। ਕੈਮਰਾਮੈਨ ਸਾਹਿਬ ਹਰ ਗੱਲ ਦੀਆਂ ਤਸੱਲੀਆਂ ਕਰਾ ਰਹੇ ਹਨ। ਮਾਸ਼ਾਅੱਲਾ ਬੱਚੀ ਦਾ ਲੈਣਾ ਦੇਣਾ ਤਾਂ ਦੋਸਤੋ ਹੋਏਗਾ ਮੁਕਦਰਾਂ ਦਾ, ਵੇਖਦੇ ਪਏ ਨੇ ਮਾਸ਼ਾਅੱਲਾ, ਮਸ਼ਕਾਂ ਲਾਈ ਫਿਰਦੀ ਜਿਹਨੂੰ ਕਹਿੰਦੇ ਨੇ ਨਾ, ਆਰਡਰ ਕੁਆਲਿਟੀ ਚੱਡੇ ਖਿਲਾਰ ਕੇ ਮਾਸ਼ਾਅੱਲਾ, ਚਾਰ ਚਾਰ ਫੋਟੋ ਬੱਚੀ ਤੁਰਦੀ ਪਈ ਹੈ, ਬੱਚੀ ਦਾ ਆਰਡਰ ਕੁਆਲਿਟੀ ਬੱਚੀ ਦਾ ਮਾਸ਼ਾਅੱਲਾ ਵਜੂਦ ਨਾਲ ਜ਼ਿਆਦਾ ਹੈ। ਇਹਨਾਂ ਨੂੰ ਕਿਹਾ ਜਾਂਦਾ ਜਰਸੀ ਚੋਲਸਤਾਨੀ ਕ੍ਰਾਸ, ਕ੍ਰਾਸ ਬੱਚੀ ਦਾ ਬੜਾ ਲਾਜਵਾਬ ਹੈ, ਮੁੱਲ ਦੋਸਤੋ ਬੜੀਆਂ ਮੁਹੱਬਤਾਂ ਵਾਲਾ ਹੋਏਗਾ, ਬੜੀਆਂ ਚਾਹਤਾਂ ਵਾਲਾ ਹੋਏਗਾ। ਕੈਮਰਾਮੈਨ ਸਾਹਿਬ ਪੂਰੀਆਂ ਤਸੱਲੀਆਂ ਕਰਾ ਦੇ ਵੀਰਾਂ, ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ, ਹਰ ਗੱਲ ਦੀਆਂ ਤਸੱਲੀਆਂ ਕਰਾ ਰਹੇ ਹਾਂ। ਲੈਣਾ ਦੇਣਾ ਦੋਸਤੋ ਮੁਕਦਰਾਂ ਦਾ, ਸੌਦਾ ਨਸੀਬਾਂ ਦਾ, ਬੱਚੀ ਦਾ ਟੁਰਨ ਫਿਰਨ ਵੀ ਦੇਖ ਲਿਆ, ਬੱਚੀ ਦੇ ਸਾਰੇ ਆਰ ਕੈਮਰਾਮੈਨ ਸਾਹਿਬ ਦਿਖਾ ਦੇ, ਬਿਲਕੁਲ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਸਾਰੀ ਗੱਲ। ਔਰ ਦੂਰੋਂ ਖਲੋ ਕੇ ਵੀ ਕੈਮਰਾਮੈਨ ਸਾਹਿਬ ਦਿਖਾ ਦਿਓ, ਪੂਰਾ ਗਾਏ ਦਾ ਵਿਊ ਆਉਣਾ ਚਾਹੀਦਾ ਵੀਰਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰਾ ਦੇਖਦੇ ਪਏ, ਇਹਨਾਂ ਨੂੰ ਕਿਹਾ ਜਾਂਦਾ ਜਰਸੀ ਚੋਲਸਤਾਨੀ ਕ੍ਰਾਸ।
ਸ਼ਾਹ ਸਾਹਿਬ ਬੈਠੇ ਥੱਲੇ ਦੇਖਦੇ ਪਏ ਨੇ ਹੁਣੇ ਗੱਬਣ ਥੱਲੇ ਮਾਸ਼ਾਅੱਲਾ ਪੂਰੀ ਸੀਲ ਸੌਵ ਹੈ ਬੜੀ ਅਸ਼ਰਾਫ ਹੈ ਯਾਰ ਮਾਸ਼ਾਅੱਲਾ ਜਰਸੀ ਨੂੰ ਭਾਵੇਂ ਤਿਆਰੀ ਸੱਤ ਵਾਰੀ ਚੋਣ ਹੋ ਜੀ ਜਰਸੀ ਨਸਲ ਹੀ ਇਹ ਜੀ ਹੁੰਦੀ ਹੈ ਹਾਂਜੀ ਠੀਕ ਹੋ ਗਿਆ ਜੀ ਉਹਦੀ ਚੁਆਈ ਸ਼ੁਰੂ ਕਰਾਓ ਸ਼ਾਹ ਸਾਹਿਬ ਵੀਡੀਓ ਲੰਮੀ ਹੁੰਦੀ ਅਮਰ ਲਾ ਬੱਚਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜਿਹੜਾ ਮੇਰਾ ਭਰਾ ਦੋ ਗਾਵਾਂ ਲੈ ਗਿਆ ਸੀ ਇਨਸ਼ਾਅੱਲਾ ਤਾਂ ਦੁਆਵਾਂ 'ਚ ਯਾਦ ਰੱਖੇਗਾ ਦੁੱਧ ਵੀ ਇਹਨਾਂ ਦਾ ਸਫੈਦ ਚਿੱਟਾ ਮੱਝਾਂ ਰੰਗਾ ਹੋਏਗਾ ਦੋਸਤ ਬੱਚੇ ਨੂੰ ਵੇਖਦੇ ਪਏ ਨੇ ਯਾਨੀ ਕਿ ਬੋਲਾ ਪੀਤਾ ਹੈ ਪਹਿਲਾਂ ਹਾਲੇ ਉਵੇਂ ਬੱਚੇ ਨੂੰ ਵੀ ਚੁੰਘਣ ਦਾ ਵਾਲੇ ਇੱਕ ਅੱਧਾ ਦਿਨ ਬੱਚਾ ਥੋੜ੍ਹਾ ਜਿਹਾ ਸੰਘ ਸੰਘ ਕੇ ਡਰ ਡਰ ਕੇ ਪੀਂਦੇ ਨੇ ਭਾਈ ਐਵੇਂ ਨਾ ਕਰ ਪਹਿਲੇ ਮੂੰਹ ਚੇਂਜ ਦੇਣਾ ਫਿਰ ਵੀ ਦੁਬਾਰਾ ਤਾਂ ਬੱਚਾ ਚੁੰਘਣਾ ਚਾਹੀਦਾ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਹਰ ਗੱਲ ਆਉਣੀ ਚਾਹੀਦੀ ਚੁੰਘਣ ਲੱਗ ਪਿਆ ਨਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਚਲੋ ਠੀਕ ਹੈ ਵੀਡੀਓ ਲੰਮੀ ਹੁੰਦੀ ਬੱਚਾ ਅੱਗੇ ਰੱਜਿਆ ਬਾਅਦ 'ਚ ਪਵਾ ਲੈਣੀ ਬਾਅਦ 'ਚ ਪਵਾ ਲੈ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਥਣ ਵੀ ਦਿਖਾ ਦਿਓ ਸ਼ਾਹ ਸਾਹਿਬ ਕੈਮਰਾਮੈਨ ਸਾਹਿਬ ਨੇੜੇ ਲੈ ਜਾਓ ਥਣ ਦੇ ਮੈਨੂੰ ਪੂਰਾ ਰੋਕ ਰੋਕਦਾ ਮਾਸ਼ਾਅੱਲਾ ਬੜੀ ਕਮਾਲ ਦੀ ਦੋਸਤ ਗਾਂ ਇਹਨਾਂ ਨੂੰ ਕਿਹਾ ਜਾਂਦਾ ਜਰਸੀ ਚੋਲਸਤਾਨੀ ਕਰਾਸ ਗੱਲਾਂ ਦਾ ਤਾਰ ਬੰਦਾ ਹਰ ਗਾਂ ਨੂੰ ਜਰਸੀ ਚੋਲਸਤਾਨੀ ਕਰਾਸ ਬਣਾਈ ਦਿੰਦਾ ਤੁਹਾਡਾ ਦੇਸ਼ ਪੰਜਾਬ ਦੀ ਤੁਹਾਡੇ ਲਈ ਕੰਮ ਕਰਦਾ ਅੱਲਾ ਦੇ ਕੁਮਨਾ ਪੂਰਾ ਜਾਨਵਰ ਪੂਰੀ ਵੰਡ 'ਚ ਵੀਰਾਂ ਲਈ ਲਿਆਈਦਾ ਭਾਈ ਜਾਨ ਬਾਲਟੀ ਮੋਦੀ ਕਰਕੇ ਵਿਖਾ ਦੇ ਚਲੋ ਸਾਰਿਆਂ ਥਾਣਾਂ 'ਚ ਉਹਨਾਂ ਦੋ ਦੋ ਚਾਰ ਚਾਰ ਤਾਰਾਂ ਮਾਰਿਆ ਜੀ ਮਾਸ਼ਾਅੱਲਾ ਜੀ ਮਾਸ਼ ਦੇਖਦੇ ਭੈਣ ਹੋਲੇ ਪੈਂਦੇ ਪੈਣ ਦੋਸਤੋ ਅਗਲਾ ਜੀ ਚੁਆ ਮਾਸ਼ਾਅੱਲਾ ਜੀ ਮਾਸ਼ ਕਮਾਲ ਦਾ ਚੁਆ ਵੀਰੇ ਕਮਾਲ ਦਾ ਉਸ ਅਗਲਾ ਚੁਆ ਜੀ ਉਸ ਅਗਲਾ ਚੁਆ ਜੀ ਦੋਸਤ ਘਰੇ ਬੀਬੀਆਂ ਭੈਣਾਂ ਬਜ਼ੁਰਗ ਜਿਹੜਾ ਮਰਜ਼ੀ ਚੋਈ ਜਾਏਗਾ ਪ੍ਰਵਾਹ ਕਰੂ ਦੋਸਤ
ਅੱਜ ਥੋੜਾ ਸਾਈਡ ਤੇ ਬੈਜ ਪੂਰਾ ਚਾਹ ਵੀਰਾਂ ਦੇ ਸਾਹਮਣੇ ਆ ਗਏ ਸਾਈਡ ਤੇ ਹੋ ਜੀ ਸਾਈਡ ਐਂ ਸਾਈਡ ਤੇ ਹੋ ਕੇ ਬੈਜ ਕੈਮਰਾ ਮੈਂ ਸਭ ਪੂਰਾ ਵੀਰਾਂ ਦਿਖਾ ਮਾਸ਼ਾਅੱਲਾ ਪੂਰੀ ਸੀਲ ਸਮਝ ਦੋਸਤ ਲੈਣਾ ਦੇਣਾ ਤਾਂ ਮੁਕਦਰਾਂ ਦਾ ਮਾਸ਼ਾਅੱਲਾ ਚਵਾ ਵਿਖਾ ਚਵਾ ਵੇਖਣ ਮੇਰੇ ਵੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੜੀ ਪੂਰਾ ਚਵਾ ਮੇਰੇ ਵੀਰਾਂ ਦੀ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਅੱਲਾ ਦੇਖੂਗਾ ਚਵਾ ਇੰਨਾ ਪੂਲੇ ਪੈਂਦੇ ਪੈਣ ਦੋਸਤੋ ਐਡਾ ਮੋਟਾ ਚਵਾ ਮੈਂ ਆਪਣੇ ਵੀਰਾਂ ਨੂੰ ਦੱਸਦਾ ਦੱਸਦਾ ਹਰ ਗਾਂ ਦੇ ਬੱਚੇ ਦਾ ਨਹੀਂ ਹੁੰਦਾ ਪੂਰੀ ਅਸੀਲ ਸੌ ਵੈਡ ਮਾਸ਼ਾਅੱਲਾ ਹੈਲੋ ਮਹਾਰਾਜ ਚੌਕ ਚ ਆ ਗਏ ਜੀ ਸਾਹਿਬ ਚਲੋ ਜੀ ਸਰ ਤੁਹਾਨੂੰ ਆਉਣਾ ਤੁਹਾਡੇ ਕੋਲ ਲੜਕਾ ਪਹੁੰਚਿਆ 5 ਮਿੰਟਾਂ ਦਾ ਓਕੇ ਜੀ ਠੀਕ ਹੈ ਜੀ ਓਕੇ ਹੋ ਗਿਆ ਜੀ ਮਾਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਸਾਰੀ ਗੱਲ ਆ ਗਈ ਔਰ ਬਾਲਟੀ ਇੱਕ ਹੀ ਕਾਢ ਲਿਆ ਜਵਾਸ ਭਾਈ ਕਹਿੰਦੇ ਬੋਲੋ ਪਹਿਲੇ ਤੋਂ ਯਾਨੀ ਕਿ ਪਹਿਲੇ ਅੱਗੇ ਆਪਾਂ ਚੋਚ ਛੱਡਿਆ ਜੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਜੀ ਸਾਰੀ ਗੱਲ ਜੀ ਅਸਲਾਮ ਵਾਲੇਕੁਮ ਜੀ ਭਾਈ ਜੀ ਜੀ ਆ ਗਏ ਨਾ ਭਾਈ ਤੇ ਮੈਂ ਤੁਹਾਨੂੰ ਦੱਸਦਾ ਹਾਂ ਜਨਾਬ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਗਰਮੀਆਂ ਮਾਰਾਂਗੇ ਜਨਾਬ ਅੱਗੇ ਕੋਈ 4 ਕਿਲੋ ਭਾਈ ਰਨ ਬੋਲਾ ਕੱਢਿਆ ਹੁਣ ਜਨਾਬ ਮੁਕੰਮਲ ਚੁਆ ਕਰਾ ਲਿਆ ਔਰ ਬੱਚੇ ਨੂੰ ਛੁਡਾਇਆ ਕੋ ਦੁੱਧ ਮਾਸ਼ਾਅੱਲਾ ਦਿਖਾ ਦੇਣ ਦਿਖਾ ਲੈਣ ਬੱਚੇ ਚੁੰਘਣ
ਬਿਸਮਿਲ੍ਲਾਹ। ਇਹ ਜਨਾਬ ਇੱਕ, ਇਹ ਵੀਰ ਮਾਸ਼ਾਅੱਲਾ ਦੋ, ਇਹ ਵੀਰ ਮਾਸ਼ਾਅੱਲਾ ਤਿੰਨ, ਇਹ ਵੀਰ ਮਾਸ਼ਾਅੱਲਾ ਚਾਰ, ਇਹ ਵੀਰ ਮਾਸ਼ਾਅੱਲਾ ਪੰਜ, ਇਹ ਜਨਾਬ ਵੀਰ ਮਾਸ਼ਾਅੱਲਾ ਛੇ, ਇਹ ਭਾਈ ਨੂੰ ਪਾ ਦਿਓ ਛੇ। ਇਹ ਜਨਾਬ ਮਾਸ਼ਾਅੱਲਾ ਸੱਤ, ਇਹ ਵੀਰ ਮਾਸ਼ਾਅੱਲਾ ਅੱਠ, ਇਹ ਜਨਾਬ ਮਾਸ਼ਾਅੱਲਾ ਨੌ, ਇਹ ਵੀਰ ਮਾਸ਼ਾਅੱਲਾ ਦਸ ਚੋਂ ਥੋੜ੍ਹਾ ਜਿਹਾ ਘੱਟ। ਚਾਰ ਸਿਰ ਪਹਿਲੇ ਕੱਢੇ ਔਰ ਬੱਚਾ ਚੁੰਘਦਾ ਪਿਆ ਮੇਰੇ ਵੀਰ ਭਰਾ ਦੋਸਤ, ਵੇਖ ਲੈ ਇਹ ਵੀਰਾਂ ਦੇ ਸਾਹਮਣੇ। ਜਿਹੜਾ ਮਰਜ਼ੀ ਅੱਲਾ ਦੇ ਹੁਕਮ ਨਾਲ ਮੇਰਾ ਵੀਰ ਚੋਵੇ ਪੀਵੇਗਾ, ਦੁਆਵਾਂ ਦੇਗਾ, ਇਹਦੋ ਅਗਲੇ ਕਹਿੰਦਾ ਮੈਂ ਜਰਸੀ ਚੋਲਸਤਾਨੀ ਕਰਾਸ ਤੇ ਬੱਚੇ ਵੀ ਚੁੰਘਦਾ ਪਿਆ। ਹਰ ਗੱਲ ਮੇਰੇ ਵੀਰਾਂ ਦੋਸਤਾਂ ਦੇਖ ਲਈ ਪੂਰੀ ਅਸੀਸ ਹੋ ਗਏ ਔਰ ਹਰ ਗੱਲ ਦੀਆਂ ਤਸੱਲੀਆਂ ਕਰਾ ਦਿੱਤੀਆਂ ਨੇ। ਬਾਕੀ ਸ਼ਾਹ ਸਾਹਿਬ ਨਾਲ ਗੱਲਾਂ ਕਰ ਲਾਂਗੇ। ਆਜੋ ਸ਼ਾਹ ਸਾਹਿਬ। ਅਸਲਾਮ ਵਾਲੇਕੁਮ ਸ਼ਾਹ ਜੀ। ਜੀ ਵਾਲੇਕੁਮ ਸਲਾਮ ਸ਼ਾਹ ਜੀ। ਮਾਸ਼ਾਅੱਲਾ ਤੇਰੇ ਦੋਵੇਂ ਜਾਨਵਰ ਹੀ ਖੂਬਸੂਰਤ ਨੇ, ਲਾਜਵਾਬ ਨੇ ਤੇ ਲਵੇ ਜਾਨਵਰ ਨੇ, ਕਿਉਂਕਿ ਪਹਿਲੇ ਨਾਲ ਦੂਜਾ ਜਾਨਵਰ ਲਵੇ ਹੁੰਦੇ ਨੇ, ਭਾਵੇਂ ਇਹਨਾਂ ਦੇ ਬਸ ਦਸ ਸੂਏ ਪੀ ਲਵੇ ਇਹਨਾਂ ਦੀ ਸਾਫ ਕਰੇਗਾ। ਇਹ ਮੇਰੇ ਭਰਾ ਨੇ ਦੱਸਿਆ ਕਿ ਜਿਹੜੀ ਆਪਾਂ ਇਹ ਗਾਂ ਸੂਈ ਸੁਆਈ ਵਿਖਾਈ ਹੈ ਇਹਨੇ ਜੇਲ੍ਹ ਮੁਕੰਮਲ ਪਾ ਲਈ। ਬਿਲਕੁਲ ਮੁਕੰਮਲ ਪਾ ਲਈ। ਅੱਛਾ ਜੀ, ਚੁੰਘਦੀ ਹੋਵੇ ਪਿੱਛਾ ਕਰਦੀ ਹੋਵੇ ਕੋਈ ਮਸਲਾ ਹੋਵੇ ਜੀ, ਆਪਣੀ ਗਰੰਟੀ ਹੋਵੇ ਜੀ। ਸ਼ਾਹ ਸਾਹਿਬ, ਪਿਛਲੇ ਸੂਏ ਦਾ ਗਾਂ ਦਾ ਰਿਕਾਰਡ ਦੁੱਧ ਦਾ ਕੀ ਹੈ? ਕਿਉਂਕਿ ਆਪਾਂ ਪਹਿਲਾਂ ਬੋਲਾ ਚ ਹਾਂਜੀ, ਹੁਣ ਗਾਂ ਜਿਵੇਂ ਰੂਟੀਨ ਚ ਪਵੇਗੀ ਆਦੀ ਰੂਟੀਨ ਤੇ ਦੁੱਧ ਤੇ ਆਵੇਗੀ। ਇਹ ਜੇ ਭਾਈ ਇਹ ਦੋਨੋਂ ਗਾਂ ਆਪਾਂ ਇੱਕੋ ਘਰ ਕੋਲ ਲਈਆਂ ਨੇ। ਅੱਛਾ, ਇੱਕੋ ਘਰ ਚ ਲਈਆਂ ਤੇ ਪਿਛਲੇ ਸੂਏ ਦਾ ਇਹਨਾਂ ਦੇ ਰਿਕਾਰਡ ਦਾ ਵੀ ਆਪਾਂ ਨੂੰ ਪਤਾ ਹੈ। ਅੱਛਾ, ਕੀ ਰਿਕਾਰਡ ਹੈ ਪਿਛਲੇ ਸੂਏ ਦਾ? ਇਹ ਪਿਛਲੇ ਸੂਏ ਕਰਦੀ 15-16 ਲੀਟਰ। 15-16 ਲੀਟਰ ਪੱਕਾ? ਹਾਂਜੀ ਪੱਕਾ ਜਾਣਾ। ਅੱਛਾ ਜੀ, ਤੇ ਸ਼ਾਹ ਜੀ ਗੱਲ ਇਹ ਹੈ ਕਿ ਇਨਸ਼ਾਅੱਲਾ ਵਧੇਗੀ ਐਤ ਦੀ, ਦੂਜਾ ਸੂਆ ਪਿਛਲੇ ਸੂਏ ਪਹਿਲਾ ਸੀ। ਐਵੇਂ ਗੱਲ ਹੈ ਜੀ, ਐਤ ਕੀ ਅੱਲਾ ਦੇ ਕੋਲ ਉਮੀਦ ਹੈ, ਅੱਲਾ ਦੇ ਕਾਰਜ, ਬਲਕਿ ਯਕੀਨ ਹੈ ਕਿ ਵਧੇਗੀ ਇਨਸ਼ਾਅੱਲਾ ਵਧੇਗੀ ਅੱਲਾ ਦੇ ਕੋਲ। ਸ਼ਾਹ ਜੀ, ਦੁੱਧ ਵੀ ਇਹਦਾ ਸਫੈਦ ਚਿੱਟਾ? ਸਫੈਦ ਚਿੱਟਾ, ਮਹੀਂ ਵਾਲਾ ਦੁੱਧ, ਮਹੀਂ ਵਾਲਾ। ਤੇ ਗਰਮੀ ਸ਼ਰਮੀਆਂ ਤਾਂ ਨਹੀਂ ਕਰਦੇ? ਨਹੀਂ ਗਰਮੀ ਇਹਨਾਂ ਨੇ ਕੀ ਕਰਨੀ? ਬਿਲਕੁਲ ਜੀ। ਸ਼ਾਹ ਜੀ, ਪੱਕੀ ਜੀ ਗੱਲ ਕਰਦੇ ਤੇ ਜਿੰਨੇ ਵੀ ਆਪਾਂ ਗਾਵਾਂ ਵੀਰਾਂ ਨੂੰ ਦੇਣੀਆਂ ਨੇ ਇਹ ਗਾਂ ਦੇਣੀ। ਆਮ ਰੂਟੀਨ ਚ ਮੁੱਲ ਇਹਦਾ 2,85,000 ਵੀ ਕੀਤੀ ਜਾਂਦੇ, 90,000 ਵੀ ਕੀਤੀ ਜਾਂਦੇ ਆ। ਸਾਡੇ ਆਇਆਂ ਦੀ ਕਦਰ ਤੇ ਪਿਆਰ ਤੇ ਮੁਹੱਬਤ ਕੀ ਹੈ? ਸਾਡੇ ਵੀਰਾਂ ਲਈ 2,65,000 ਦੀ ਹੈ। 2,65,000 ਸ਼ਹਜ਼ਾਦਾ ਭਰਾ, 2,65,000 ਚ ਪਿਆਰ ਮੁਹੱਬਤ ਸ਼ਫਕਤ ਵੀਰਾਂ ਲਈ ਹੋ ਜਾਏਗਾ ਜੀ? ਕਰਾਂਗੇ ਇਨਸ਼ਾਅੱਲਾ ਜੀ। ਬੜੀ ਗੱਲ ਹੈ ਜੀ। ਜਿਹੜੀ ਆਪਾਂ ਇਹ ਦਿਖਾਈ ਆਪਣਾ ਸੂਨ ਵਾਲੀ ਹੈ, ਉਹ ਬੱਚਾ ਉਹ ਆਪਣਾ ਕਰ, ਉਹ ਆਪਣਾ ਕਰ ਬੱਚਾ, ਉਹ ਵੀਰ ਇਹ ਨਾ ਸਮਝੇ ਖਰੇ ਇਹਦਾ ਬੱਚਾ ਹੈ। ਜਨਾਬ ਅੱਗੇ ਬੱਚਾ ਘੋਰ ਹੈ ਤੇ ਉਹਨੂੰ ਵੀ ਚੱਟੀ ਜਾਂਦੀ, ਏਡੀਆਂ ਸੀਲ ਸਾਊਗੇ। ਇਹ ਗੱਬਣ ਕਿੰਨੇ ਦਿਨ ਲੈ ਗਈ ਗਾਂ ਸੂਨ? ਇਹ ਹਲੇ ਜੀ ਕੱਢ ਜਾਏਗੀ 5-7 ਦਿਨ। 5-7 ਦਿਨ ਲੈ ਜਾਏਗੀ ਕਰਨ ਵਾਲੀ? ਸਾਰੀ ਗੱਲ ਵੀਰਾਂ ਭਰਾਵਾਂ ਦੋਸਤਾਂ ਦੇਖ ਲਈ ਵਿਖਾ ਦਿੱਤੀ, ਤਸੱਲੀ ਕਰਾ ਦਿੱਤੀ ਹੈ। ਇਸ ਗਾਂ ਦਾ ਆਪਾਂ ਜਿਹੜਾ ਮੁੱਲ ਲੈ ਲੈਣਾ ਨਾ ਉਹਦੇ ਤਰ੍ਹਾਂ, ਉਹੀ ਤਾਂ ਪੱਕਾ ਜਿਹਾ ਕਰਨਾ ਹੈ। ਪਿੱਛੇ ਦੀ ਜੀਰ ਯਾਨੀ ਕਿ ਹਲੇ ਤਾਂ ਸੂਵੇਗੀ, ਪਿੱਛੇ ਦੀ ਤੇ ਸੀਲ ਸਾਊ ਦੀ ਆਪਣੀ ਗਰੰਟੀ ਹੋਵੇਗੀ। ਠੀਕ ਹੋ ਗਿਆ, ਪੱਕਾ ਜਿਹਾ ਮੁੱਲ ਇਹਦਾ ਕਰ ਦੇ ਸ਼ਾਹ ਜੀ, ਜਿਹੜਾ ਆਪਾਂ ਲੈਣਾ ਵੀਰਾਂ। ਇਹ ਜੀ 3,80,000 ਦੀ ਜੀ। 3,80,000 ਦੀ? 3,80,000 ਚ ਕੋਈ ਵੀਰ ਪਿਆਰ ਮੁਹੱਬਤ ਸ਼ਫਕਤ ਲਾਡ ਕਰਾਵੇਗਾ ਤੇ ਕਰਾਂਗੇ ਇਨਸ਼ਾਅੱਲਾ, ਜ਼ਰੂਰ ਕਰਾਂਗੇ ਜਨਾਬ। 3,80,000 ਚ ਪਿਆਰ ਮੁਹੱਬਤ ਸ਼ਫਕਤ ਜ਼ਰੂਰ ਕਰਾਂਗੇ ਸ਼ਾਹ ਸਾਹਿਬ। ਐਵੇਂ ਬੰਦੇ ਗੱਲਾਂ ਨਾਲ ਤਾਂ ਜਵੇਦ ਭਾਈ ਕਰਦੇ ਫਿਰਦੇ ਨੇ ਜੀ, ਆ ਸਾਡੀ ਜਰਸੀ ਹੈ ਇਹਦੇ ਚ ਬਿਲਕੁਲ ਨਜ਼ਰ ਆ ਰਹੀ ਹੈ ਜੀ। ਇਹ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਪਿਓਰ ਜਰਸੀ ਤੇ ਚੋਲਸਤਾਨੀ ਦਾ ਕਰਾਸ ਹੈ।
ਤਿਆਰ ਹੋਣਾ ਇਹ ਕਰਮ ਵਾਲੀ ਟੁਰ ਕੇ ਪਾਣੀ ਤੇ ਨੀ ਜਾਂਦੀ ਪਾਣੀ ਇਹਦੇ ਅੱਗੇ ਰੱਖਣਾ ਪੈਂਦਾ ਰੱਖਣਾ ਪੈਂਦਾ ਮੈਨੂੰ ਸ਼ੱਕ ਚੁਆਈ ਵੀ ਪਹਿਲੇ ਕਰਨੀ ਪਵੇ ਕਰਨੀ ਪਏਗੀ ਅੱਛਾ ਜੀ ਸ਼ਾਹ ਜੀ ਪੱਕੀ ਜੀ ਗੱਲ ਇਹਦੇ ਚ ਪਿਆਰ ਮੁਹੱਬਤ ਹੋ ਜਾਏਗਾ 3,80,000 ਇਹਦਾ 2,65,000 ਮੇਰੇ ਵੀਰ ਭਰਾ ਦੋਸਤ ਜਿਹੜੇ ਖਰੀਦਣਗੇ ਉਹਨਾਂ ਨੇ ਪਿਆਰ ਮੁਹੱਬਤ ਹੋ ਜਾਏਗਾ ਇਨਸ਼ਾਅੱਲਾ ਕਰਾਂਗੇ ਜਨਾਬ ਮੇਰੇ ਵੀਰ ਭਰਾ ਦੋਸਤ ਦੇਖਦੇ ਭੈਣ 2,65,000 ਇਹਦਾ ਬਾਈ ਹੋਰਾਂ ਨੇ ਮੰਗਿਆ 3,80,000 ਰੁਪਇਆ ਹੈ ਵੱਛੀ ਦਾ ਭਾਈ ਹੋਰਾਂ ਨੇ ਮੰਗਿਆ ਸੀਲ 100 ਦੇਖਦੇ ਭੈਣ ਕਿੰਨੀ ਔਰ ਅੱਲਾ ਦੇ ਹੁਕਮ ਨਾਲ ਜੇ ਜਾਨਵਰ ਨਸਲਾਂ ਦੋਸਤੋਂ ਲੱਭ ਰਹੇ ਨੇ ਪੂਰੀ ਗਾਂ ਦਾ ਦੁਬਾਰਾ ਤੇ ਦੀਦਾਰ ਕੈਮਰਾਮੈਨ ਸਾਹਿਬ ਕਰਾ ਦੇ ਇਹਨਾਂ ਨੂੰ ਕਿਹਾ ਜਾਂਦਾ ਚੋਲਸਤਾਨੀ ਦੂਰ ਖਲੋ ਕੇ ਨਸਲ ਵਹਾ ਗਾਂ ਦੀ ਕੈਮਰਾਮੈਨ ਸਾਹਿਬ ਦੂਰ ਖਲੋ ਕੇ ਗਾਂ ਦੀ ਮੇਰੇ ਪ੍ਰਾਣ ਨਸਲ ਦੇ ਮਾਸ਼ਾਅੱਲਾ ਪੂਰੀ ਸੀਲ ਸ਼ਰਾਫ ਮੇਰੇ ਵੀਰਾਂ ਦੋਸਤਾਂ ਸਾਹਮਣੇ ਔਰ ਇਹਦਾ ਕੀਤਾ ਬਾਈ ਰਾਂ ਨੇ 3,80,000 ਰੁਪਏ ਪਿਆਰ ਮੁਹੱਬਤ ਕਰਾ ਲਾਂਗੇ ਅੱਜ ਦੀ ਵੀਡੀਓ ਪਸੰਦ ਆਉਂਦੀ ਜਿਹੜਾ ਮੇਰਾ ਪ੍ਰਾਣ ਖਰੀਦਣਾ ਚਾਹੁੰਦਾ ਹਮੇਸ਼ਾ ਤੇਰਾ ਰਾਬਤਾ ਨੰਬਰ ਲੈ ਸਕਦਾ 0300 ਪੂਰੇ ਜੀ 510-4051 ਇਸੇ ਤੋਂ ਦੋਸਤੋ ਵਟਸਐਪ ਹੈ ਔਰ ਇਸੇ ਤਰ੍ਹਾਂ ਰਾਬਤਾ ਨੰਬਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੋਏ ਨੂੰ ਦੇ ਜਾਂ ਸਲਾਨੀ ਗਵਾਨ ਪਾਕਿਸਤਾਨ ਜ਼ਿੰਦਾ